ਅੱਗੇ ਦੱਸ ਦਈਏ ਕਿ ਤਕਨੀਕੀ ਵਿਭਾਗ ਦੇ ਚੇਅਰਮੈਨ ਤੇ ਰਾਜ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਪੇਂਡੂ ਇਲਾਕਿਆਂ ਦੇ ਵਿਕਾਸ ਦੇ ਲਈ ਵੱਖ ਵੱਖ ਥਾਵਾਂ ਤੇ ਨੀਂਹ ਪੱਥਰ ਰੱਖੇ ਗਏ। ਉੱਥੇ ਸੇਵਾ ਸਿੰਘ ਸੇਖਵਾਂ ਨੇ ਸਾਲ 2016 ਨੂੰ ਪੰਜਾਬ ਸਰਕਾਰ ਦੇ ਵਿਕਾਸ ਸਾਲ ਵਜੋਂ ਮਨਾਏ ਜਾਣ ਦਾ ਐਲਾਨ ਵੀ ਕੀਤਾ ਤੇ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਪੰਜਾਬ ਵਿੱਚ ਵਿਕਾਸ ਕੀਤੇ ਜਾਣਗੇ। ਪਰ ਸੇਖਵਾਂ ਸਾਹਿਬ ਸ਼ਾਇਦ ਇਹ ਭੁੱਲ ਗਏ ਕਿ ਇਸ ਤਰ੍ਹਾਂ ਦੇ ਵਿਕਾਸ ਦੇ ਦਾਅਵੇ ਚੋਣਾਂ ਸਮੇਂ ਪੰਜਾਬ ਸਰਕਾਰ ਖੁਦ ਵੀ ਕਰਦੀ ਆਈ ਹੈ, ਪਰ ਪੂਰੇ ਕਿੰਨੇ ਕੁ ਹੋਏ ਨੇ ਇਸ ਦਾ ਜਵਾਬ ਤੇ ਹਿਸਾਬ ਆਮ ਜਨਤਾ ਕੋਲ ਹੈ। ਅੱਜ ਦੋ ਪਿੰਡਾਂ ਦੀਆਂ ਫਿਰਨੀਆਂ ਦੇ ਸਪੈਸ਼ਲ ਰਿਪੇਅਰ ਦੇ ਮੈਂ ਨੀਂਹ ਪੱਥਰ ਰੱਖੇ ਆ। ਭੈਣੀ ਬਾਂਗਰ ਪਿੰਡ ਦੀ ਜਿਹੜੀ ਫਿਰਨੀ ਆ ਉਹ ਕਰੀਬ 1 ਕਿਲੋਮੀਟਰ ਲੰਮੀ ਆ, ਜਿਹਦੀ ਆਪਣੇ ਰਿਪੇਅਰ ਹੋਣੀ ਆ, ਜਿਹਦੇ 'ਤੇ 12.5 ਲੱਖ ਰੁਪਈਆ ਜਿਹੜਾ ਉਹ ਖਰਚ ਆਉਣਾ। ਇਸੇ ਤਰ੍ਹਾਂ ਹੀ ਜਿਹੜਾ ਕੋਟ ਟੋਡਰਮੱਲ ਆ ਉਹਦੀ ਵੀ ਫਿਰਨੀ ਦੀ ਸਪੈਸ਼ਲ ਰਿਪੇਅਰ ਹੋ ਰਹੀ ਆ, ਜਿਹਦੇ 'ਤੇ ਆਪਣੇ 14,10,000 ਰੁਪਈਆ ਆਪਣੇ ਖਰਚ ਆਉਣਾ ਆ। ਪੰਜਾਬ ਸਰਕਾਰ ਦਾ ਇਹ ਉਪਰਾਲਾ ਆ ਕਿ ਜਿੱਥੇ ਉਹਨਾਂ ਨੇ ਪੰਜਾਬ ਦੇ ਹਰ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਨੇ, ਡੇਰਿਆਂ ਦੇ ਰਸਤੇ ਜਿਹੜੇ ਆ ਉਹ ਪੱਕੇ ਕੀਤੇ ਜਾ ਰਹੇ ਆ,